ਇਹ ਮੈਂ ਪੁੱਛਣ ਡਿਆ, ਮੇਰਾ ਸਵਾਲ ਆ, ਤੂੰ ਕੌਣ ਆ, ਕੀ ਹੋਇਆ ਤੈਨੂੰ? ਉਹ ਮੈਨੂੰ ਕੀ ਹੋਣਾ, ਮੇਰੀ ਤਾਂ ਮਾੜੀ ਜੀ ਅੱਖ ਲੱਗੀ ਸੀ, ਡ੍ਰਿਪ ਲਵਾਉਣ ਦੀ ਉਮਰ ਹੋਈ ਪਈ, ਅੱਖ ਲਾਈ ਫਿਰਦਾ। ਪਾਪਾ ਤੁਹਾਨੂੰ ਪਤਾ ਤੇਰੀ ਬੈਟਰੀ ਖਤਮ ਹੋ ਗਈ, ਮੈਨੂੰ ਲੱਗਾ ਤੇਰਾ ਕਨੈਕਸ਼ਨ ਕੱਟਿਆ ਗਿਆ। ਓ ਮੇਰਾ ਨੀ ਕੋਈ ਕਨੈਕਸ਼ਨ ਕੱਟਿਆ ਜਾਂਦਾ, ਮੈਂ ਪੁਰਾਣੀਆਂ ਖੁਰਾਕਾਂ ਖਾਧੀਆਂ, ਪੁਰਾਣੀਆਂ ਖੁਰਾਕਾਂ। ਇੱਥੇ ਤਿੰਨ ਦਿਨ ਪੁਰਾਣੀ ਰੋਟੀ ਖਾ ਲਈ, ਪਿੱਤੇ ਚ ਪੱਥਰੀਆਂ ਹੋ ਜਾਂਦੀਆਂ। ਤੂੰ ਕਿੰਨੀਆਂ ਕੁ ਪੁਰਾਣੀਆਂ ਖੁਰਾਕਾਂ ਖਾਧੀਆਂ? ਕਿੰਨੀਆਂ? ਨਹੀਂ ਮੈਨੂੰ ਦੱਸ, ਤੂੰ ਟੀਪੂ ਸੁਲਤਾਨ ਦੇ ਨਾਲ ਬਹਿ ਕੇ ਤੂੰ ਬਰਗਰ ਖਾਂਦਾ ਰਿਹਾ? ਉਹ ਗੱਲ ਸੁਣ, ਉਹ ਪੁਰਾਣੀਆਂ ਖੁਰਾਕਾਂ ਨਹੀਂ, ਪੁਰਾਣੀ ਖੁਰਾਕ ਮਤਲਬ ਪਿਓਰ ਖੁਰਾਕ, ਪਿਓਰ ਖੁਰਾਕ। ਅੱਛਾ ਅੱਛਾ, ਇਹ ਹੁਣ ਮੈਂ ਪਿਓਰਿਟੀ ਚ ਇੱਕ ਗੱਲ ਦੱਸੋ, ਪਾਪਾ ਜੀ ਇੱਥੇ ਲੈਣ ਕੇ ਆਏ ਹੋ, ਦੱਸੋ ਕੰਮ ਦੱਸੋ। ਉਹ ਮੈਂ ਇਸ਼ਤਿਹਾਰ ਪੜਿਆ ਸੀ ਅਖਬਾਰ ਚ, ਸੋਨੂੰ ਵਕੀਲ ਦਾ। ਹਾਂਜੀ ਦੱਸੋ ਪਲੀਜ਼। ਉਹ ਮੈਂ ਨੌਕਰਾਂ ਦੇ ਮੂੰਹ ਨੀ ਲੱਗਦਾ, ਚੱਲ ਸੋਨੂੰ ਵਕੀਲ ਨੂੰ ਸੱਦ। ਤੇਰਾ ਦਿਮਾਗ ਫਿਰ ਗਿਆ, ਚਾਹੇ ਮੇਰਾ ਮੂੰਹ ਜ਼ੀਰੋ ਬੈਲੈਂਸ ਅਕਾਊਂਟ ਦੇ ਖਾਤੇ ਵਰਗਾ, ਮੰਨਿਆ ਮੇਰਾ ਮੂੰਹ ਫ੍ਰੀ ਦੀ ਆਟਾ ਦਾਲ ਸਕੀਮ ਦੀ ਕਾਪੀ ਵਰਗਾ, ਨਹੀਂ ਸਮਾਰਟ। ਪਰ ਤੂੰ ਤੇ ਕੋਈ ਸਮਾਰਟ ਗੱਲ ਕਰ ਪਾਪਾ। ਹਾਏ 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 ਹਾਏ, ਆ ਫੜ 10 ਰੁਪਏ, ਕਿਆ ਆਪਣੇ ਮੂੰਹ ਦੀਆਂ ਜੁਗਤਾਂ ਸੁਣਾਈਆਂ, ਹੋਰ ਸੁਣਾ ਦੇ, ਬੜਾ ਹੀ ਮਜ਼ਾ ਆਉਣ ਡਿਆ ਸੀ। ਇੱਥੇ ਡਰਾਮਾ ਲੱਗਾ ਕਮੇਡੀ ਦਾ, ਹੈ ਭਾਂਡ ਇਕੱਠੇ ਹੋਏ ਆ ਇੱਥੇ, ਜੁਗਤਾਂ ਸੁਣਾਈਏ ਤੈਨੂੰ? ਮੈਂ ਸ਼ਨੀਵਾਰ ਦਾ ਤੇਲ ਮੰਗਣਾ, 10 ਰੁਪਏ ਫੜਾ ਤੇ। ਚੱਲ ਕੋਈ ਗੱਲ ਨੀ, ਇਹ ਤਾਂ ਠੀਕ ਆ, ਕੰਮ ਦੱਸ ਕੰਮ, ਹੁਣ ਪ੍ਰੋਬਲਮ ਕੀ ਆ? ਉਹ ਪੁੱਤਰਾ ਮੈਨੂੰ ਤਲਾਕ ਚਾਹੀਦਾ ਹੈ। ਤਲਾਕ ਚਾਹੀਦਾ ਇਸ ਉਮਰ ਦੇ ਵਿੱਚ? ਉਹ ਕਿਉਂ? ਉਹ ਕਾਕਾ ਗੱਲ ਪਤਾ ਕੀ ਹੈ, ਦਰਅਸਲ ਉਹ ਮੈਨੂੰ ਹੁਣ ਪਿਆਰ ਹੀ ਨਹੀਂ ਕਰਦੀ। ਪਿਆਰ ਨਹੀਂ ਕਰਦੀ? ਕੀ ਗੱਲ, ਕੋਈ ਲੜਾਈ ਝਗੜਾ ਕਰਦੀ? ਨਹੀਂ ਨਹੀਂ, ਰੋਟੀ ਰੋਟੀ ਦਿੰਦੀ ਖਾਣ ਨੂੰ? ਹਾਂ ਦਿੰਦੀ ਏ, ਦਿੰਦੀ ਏ ਨਾ, ਖਰਚਾ ਖੁਰਚਾ ਤੇ ਨਹੀਂ ਕਰਾਉਂਦੀ? ਨਾ 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 ਨਾ, ਖਰਚਾ ਵੀ ਨਹੀਂ ਕਰਾਉਂਦੀ, ਫੇਰ ਕਾਹਤੋਂ ਤਲਾਕ ਲੈਣਾ? ਇਹ ਪਾਪਾ ਜੀ ਆਪਣੇ ਨਿਆਣੇ ਕਿੰਨੇ ਆ? ਆ ਸਿਰਫ 5, ਆ ਗੁਲਸ਼ਨ, ਅਮਨ, ਗੋਪਾਲ, ਜੀਤਾ ਤੇ ਮੀਤਾ। ਅਜੇ ਤੇ ਬੁੱਢੀ ਪਿਆਰ ਨਹੀਂ ਕਰਦੀ, 5 ਨਿਆਣੇ ਹੋ ਗਏ। ਜੇ ਪਿਆਰ ਕਰਦੀ ਹੁੰਦੀ ਤੁਹਾਡੀ ਤੇ ਆਪਣੀ ਵੱਖਰੀ ਟੀਮ ਹੋਣੀ ਸੀ, ਆਈਪੀਐਲ ਦੀ, ਸੁਭਾਸ਼ ਟਾਂਡਾ 11। ਕਾਕਾ ਦਰਅਸਲ ਗੱਲ ਇਹ ਹੈ ਕਿ ਜਦੋਂ ਮੇਰੇ 5ਵਾਂ ਨਿਆਣਾ ਹੋਇਆ ਨਾ, ਉਹ ਤੋਂ ਬਾਅਦ ਮੇਰੀ ਵੋਟੀ ਪਿਆਰ ਕਰਨੋਂ ਹੀ ਹਟ ਗਈ ਮੈਨੂੰ। ਅੱਛਾ, ਤੇ ਫਿਰ ਨੁਕਸ ਵੋਟੀ ਥੋੜੀ ਨਿਆਣੇ ਚ ਹੋਇਆ ਨਾ? ਤੁਸੀਂ ਏਦਾਂ ਕਰੋ, ਵੋਟੀ ਰੱਖੋ, ਨਿਆਣੇ ਨੂੰ ਬੇਦਖਲ ਕਰ ਦੋ, ਮੈਂ ਤੁਹਾਡੀ ਸੁਲਾਹ ਕਰਾ ਦਿੰਦਾ, ਤੁਸੀਂ ਦੋਵੇਂ ਜਣੇ ਫਿਰ ਯਾਤਰਾ ਤੇ ਜਾਇਓ। ਉਹ ਕਾਕਾ ਇਹ ਦਿਮਾਗ ਠੀਕ ਹੈ? ਆ ਉਮਰ ਮੇਰੀ ਕਿਤੇ ਯਾਤਰਾ ਤੇ ਜਾਂਦੀ ਹੈ? ਉਹ ਮੈਨੂੰ ਗੋਆ ਲੈ ਕੇ ਜਾਓ, ਉਹ ਮੈਨੂੰ ਥਾਈਲੈਂਡ ਲੈ ਕੇ ਜਾਓ, ਉਹ ਮੈਨੂੰ ਕਿਤੇ ਸਵਿਟਜ਼ਰਲੈਂਡ ਘੁਮਾਓ। ਪਾਪਾ ਕੋਈ ਸ਼ਰਮ ਨਾ ਤਮਾਰ, ਕਾਂ ਦੀ ਚੁੰਝ ਵਰਗਾ ਮੂੰਹ ਕੱਢਿਆ, ਉਹ ਕੈਸੀ ਗੱਲ ਕਰਤੀ ਡੰਗਰਾਂ ਵਾਲੀ। ਉਹ ਸਾਡੇ ਦੇਸ਼ ਦੀ 75% ਜਵਾਨੀ ਬੇਰੋਜ਼ਗਾਰੀ ਚ ਰੁਲਦੀ ਪਈ ਹੈ, ਤੇ ਤੈਨੂੰ ਸਵਿਟਜ਼ਰਲੈਂਡ ਜਾਣ ਦੀ ਪਈ ਹੋਈ। ਪਾਪਾ ਪਾਪਾ ਪਾਪਾ, ਇਹਦੀ ਫੇਰ ਬੈਟਰੀ ਖਤਮ ਹੋ ਗਈ, ਮੈਂ ਕੀ ਕਰਾਂ ਹੁਣ? ਸਵੀਟੀ ਸਵੀਟੀ, ਚਾਹ ਪਾਣੀ ਲੈ ਕੇ ਆਈ, ਕਲਾਇੰਟ ਆਇਆ ਵਾ, ਇਹਨੇ ਵੀ ਟਾਈਮ ਲਾ ਦੇਣਾ ਮੇਕਅਪ ਕਰਦੀ ਨੇ, ਮੈਂ ਵੀ ਲਕਸ ਤੱਕ ਕਰ ਹੀ ਲੈਣਾ, ਕੈਸੇ ਗਾਹਕ ਆਉਂਦੇ ਪਈ ਆ। ਆਲੋ ਪਾਣੀ, ਪਾਣੀ ਲਿਆਈਆਂ ਮੈਂ। ਇੰਨਾ ਟਾਈਮ ਲਾਤਾ ਜੀ, ਪਾਣੀ ਲੈਣ ਗਈ ਹੈ ਕਿ ਪਾਣੀ ਪੱਤ ਚੋਂ ਪਾਣੀ ਵੱਖ ਕਰਨ ਗਈ ਹੈ? ਕੀ ਮਤਲਬ? ਮਤਲਬ ਕੁਛ ਨੀ ਗੁੱਗੂ, ਤੂੰ ਬਹੁਤ ਪਿਆਰੀ ਹੈ, ਪਾਣੀ ਆ ਗਿਆ, ਤੁਸੀਂ ਜਾਓ ਮੌਜਾ ਕਰੋ।